ਗੁਰਦੁਆਰਾ ਲੋਹਗੜ੍ਹ ਸਾਹਿਬ ਦੀਨਾ ਤੋਂ ਨਿਕਲ ਕੇ ਆਪਾਂ ਹੁਣ ਚੱਲੇ ਹਾਂ ਜੀ ਜਿੱਥੇ ਜ਼ਫਰਨਾਮਾ ਲਿਖਿਆ ਗਿਆ ਸੀ। ਉਸ ਧਰਤੀ 'ਤੇ ਅਸੀਂ ਵੀ ਪਹਿਲਾਂ ਦਰਸ਼ਨ ਨਹੀਂ ਕੀਤੇ। ਹੁਣ ਇੱਥੇ ਸਤੰਭ ਹੋਣਾ ਜੀ ਕਿਤੇ ਨਾ ਕਿਤੇ, ਆਹ ਸਤੰਭ ਬਣਿਆ ਹੋਇਆ ਜਿੱਥੇ ਮਾਤਾਵਾਂ ਬੈਠੀਆਂ ਗੇਟ ਦੇ ਨਾਲ ਹੀ। ਗੁਰੂ ਗੋਬਿੰਦ ਸਿੰਘ ਦੀ ਮਹਾਨ ਯਾਤਰਾ ਦੀਨਾ ਕਾਂਗੜ ਵਿਖੇ 11/4/1973 ਨੂੰ ਪ੍ਰਵੇਸ਼ ਹੋਈ। ਕਟਾਰ ਸਾਹਿਬ ਕਿਲ੍ਹਾ ਬਾਬਾ ਰਾਏ ਜੋਧ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਜੀ। ਇੱਥੇ ਕਟਾਰ ਸਾਹਿਬ ਹੈ, ਵੀਡੀਓ ਅੱਗੇ ਪਹਿਲਾਂ ਬਣੀ ਹੋਈ ਹੈ। ਦੀਨੇ ਤੋਂ ਅੱਗੇ ਕਾਂਗੜ, ਕਾਂਗੜ ਤੋਂ ਅੱਗੇ ਆਣ ਕੇ ਹੁਣ ਟੀ ਇੰਟਰਸੈਕਸ਼ਨ ਆ ਗਈ ਹੈ ਸੰਗਤ ਜੀ। ਅਸੀਂ ਇੱਥੋਂ ਸੱਜੇ ਜਾਣਾ ਹੈ। ਆਹ ਸੜਕ ਦੇ ਦੋਵੇਂ ਪਾਸੇ ਥਾਂ ਬਹੁਤ ਛੱਡਿਆ ਵਾ, ਸੋ ਦਰਖਤ ਜੰਗਲ ਹੈ। ਇੱਧਰ ਵੀ ਜੰਗਲ ਹੈ, ਕਿੱਕਰਾਂ ਤੱਕ ਹੈਗੀਆਂ, ਇੱਧਰ ਵੀ ਜੰਗਲ ਹੈ। ਬੀੜ ਦਿਆਲਪੁਰਾ, ਸੋ ਇਹ ਬੀੜ ਇੱਥੇ ਇਲਾਕਾ ਹੀ ਜੰਗਲ ਦਾ ਜੀ। ਇਹਦਾ ਨਾਂ ਦਿਆਲਪੁਰਾ ਕਿਉਂ ਪਿਆ, ਇਹਨੂੰ ਭਾਈਕਾ ਕਿਉਂ ਕਹਿੰਦੇ ਆ, ਅਤੇ ਉੱਥੇ ਜਾ ਕੇ ਆਪਾਂ ਗੱਲ ਕਰਦੇ ਹਾਂ। ਗੁਰਦੁਆਰਾ ਸ੍ਰੀ ਜ਼ਫਰਨਾਮਾ ਸਾਹਿਬ ਇੱਧਰ ਹੈ ਜੀ। ਆ ਗਏ ਜੀ ਆਪਾਂ ਉਸ ਧਰਤੀ 'ਤੇ ਜਿੱਥੇ ਜ਼ਫਰਨਾਮਾ ਸਾਹਿਬ ਲਿਖਿਆ ਗਿਆ। ਗੁਰਦੁਆਰਾ ਸ੍ਰੀ ਦਰਬਾਰ ਜ਼ਫਰਨਾਮਾ ਸਾਹਿਬ ਪਾਤਸ਼ਾਹੀ 10ਵੀਂ ਅਤੇ 6ਵੀਂ ਪਿੰਡ ਦਿਆਲਪੁਰਾ ਭਾਈਕਾ, ਇਹ ਬਠਿੰਡਾ ਜ਼ਿਲ੍ਹਾ ਆ ਗਿਆ। ਇਹਦਾ ਮਤਲਬ ਇਹ ਬਠਿੰਡੇ ਜ਼ਿਲ੍ਹੇ 'ਚ ਅਸੀਂ ਆ ਗਏ ਸੰਗਤ ਜੀ। ਪਿੱਛੇ ਮੋਗਾ ਜ਼ਿਲ੍ਹਾ ਸੀ, ਸੋ ਰੋਪੜ ਜ਼ਿਲ੍ਹੇ 'ਚ ਚੱਲੇ ਸੀ। ਲੁਧਿਆਣਾ ਲੰਘਦੇ ਹੋਏ ਆਪਾਂ ਮੋਗਾ, ਅਤੇ ਹੁਣ ਇਸ ਵੇਲੇ ਬਠਿੰਡੇ 'ਚ। ਉਹ ਸਥਾਨ ਜਿੱਥੇ ਕਲਗੀਧਰ ਪਿਤਾ ਜੀ ਨੇ ਬੈਠ ਕੇ ਜ਼ਫਰਨਾਮਾ ਲਿਖਿਆ ਸੀ, ਗੁਰਦੁਆਰਾ ਜ਼ਫਰਨਾਮਾ ਸਾਹਿਬ ਪਿੰਡ ਦਿਆਲਪੁਰਾ ਭਾਈਕਾ। ਇਹ ਪਿੱਛੇ ਦਰਸ਼ਨ ਹੋ ਰਹੇ ਹਨ। ਇੱਧਰ ਛੇਵੇਂ ਪਾਤਸ਼ਾਹ ਜੀ ਦਾ ਅਸਥਾਨ ਹੈ, ਦੋ ਨਿਸ਼ਾਨ ਸਾਹਿਬ ਝੂਲ ਰਹੇ ਹਨ, ਅਤੇ ਦੋ ਨਿਸ਼ਾਨ ਸਾਹਿਬਾਂ ਦੀ ਸੇਜ ਦੇ ਵਿੱਚ ਥੱਲੇ ਜੰਡ ਦਾ ਦਰਖਤ ਹੈ। ਸਾਰੇ ਇਤਿਹਾਸ ਦੀ ਗੱਲ ਆਪਾਂ ਹੌਲੀ ਹੌਲੀ ਕਰਦੇ ਹਾਂ। ਪਹਿਲਾਂ ਗੱਲ ਕਰੀਏ ਕਿ ਇਹ ਪਿੰਡ ਵਸਿਆ ਕਿੱਦਾਂ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਇੱਕ ਬਹੁਤ ਪਿਆਰਾ ਸਿੱਖ ਹੈ ਭਾਈ ਰੂਪਾ, ਜਿਨ੍ਹਾਂ ਦੇ ਨਾਮ ਉੱਪਰ ਸ਼ਹਿਰ ਵੀ ਵਸਿਆ ਹੋਇਆ ਹੈ ਭਾਈ ਰੂਪਾ। ਉਹਨਾਂ ਦੇ ਪੁੱਤਰ ਹਨ ਧਰਮ ਸਿੰਘ, ਅਤੇ ਧਰਮ ਸਿੰਘ ਜੀ ਦੇ ਪੁੱਤਰ ਹਨ ਦਿਆਲ ਸਿੰਘ। ਭਾਈ ਧਰਮ ਸਿੰਘ ਜੀ ਨੇ ਜੋ ਸਰੀਰ ਛੱਡਿਆ ਤਾਂ ਆਪਣੇ ਪੁੱਤਰ ਭਾਈ ਦਿਆਲ ਸਿੰਘ ਨੂੰ ਕਿਹਾ ਕਿ ਤੁਹਾਨੂੰ ਭਾਈ ਰੂਪੇ ਦੇ ਵਿੱਚ ਸ਼ਰੀਕ ਤੰਗ ਕਰਨਗੇ, ਜਦੋਂ ਅਸੀਂ ਚੜ੍ਹਾਈ ਕਰ ਜਾਈਏ ਤੁਸੀਂ ਗੱਡੇ 'ਤੇ ਸਮਾਨ ਰੱਖ ਕੇ ਤੁਰ ਪੈਣਾ, ਅਤੇ ਜਿੱਥੇ ਜਾ ਕੇ ਗੱਡਾ ਰੁਕ ਗਿਆ ਉੱਥੇ ਤੁਸੀਂ ਆਪਣਾ ਆਸਣ ਕਰ ਲੈਣਾ। ਸੋ ਭਾਈ ਦਿਆਲ ਸਿੰਘ ਭਾਈ ਰੂਪੇ ਤੋਂ ਤੁਰ ਪਿਆ ਗੱਡੇ 'ਤੇ ਸਮਾਨ ਲੱਦ ਕੇ। ਜਦੋਂ ਇਸ ਸਥਾਨ 'ਤੇ ਪਹੁੰਚਦੇ ਹਨ, ਇਹ ਉਦੋਂ ਇੱਥੇ ਕੁਛ ਨਹੀਂ ਸੀਗਾ, ਕਾਂਗੜ ਪਿੰਡ ਦੀ ਜੂਹ ਸੀਗੀ। ਇੱਥੇ ਫਿਰ ਉਹਨਾਂ ਦੇ ਗੱਡੇ ਦਾ ਧੁਰਾ ਟੁੱਟ ਗਿਆ, ਇੱਥੇ ਹੀ ਉਹਨਾਂ ਨੇ ਆਪਣਾ ਡੇਰਾ ਲਾ ਲਿਆ। ਜਿਹੜੇ ਕਾਂਗੜ ਦੇ ਚੌਧਰੀ ਸਨ ਉਹਨਾਂ ਨੇ ਗੁਰੂ ਕਾ ਜਾਣ ਕੇ ਇੱਥੇ ਉਹਨਾਂ ਨੂੰ ਜ਼ਮੀਨ ਦੇ ਦਿੱਤੀ। ਇੱਥੇ ਹੀ ਫਿਰ ਪਿੰਡ ਭਾਈ ਦਿਆਲ ਸਿੰਘ ਤੋਂ ਦਿਆਲਪੁਰਾ ਵੱਸ ਗਿਆ, ਅਤੇ ਭਾਈ ਰੂਪੇ ਤੋਂ ਭਾਈਕਾ ਨਾਲ ਪੈ ਗਿਆ। ਸੋ ਦਿਆਲਪੁਰਾ ਭਾਈਕਾ ਪਿੰਡ ਹੈ ਉਹ ਇੱਧਰ ਹੈ। ਹੁਣ ਇੱਕ ਨਵਾਂ ਦਿਆਲਪੁਰਾ ਵਸਿਆ ਹੈ ਜਿਹੜਾ ਇੱਧਰ ਹੈ। ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਥੇ ਆਏ ਸਨ। ਉਹ ਪਿੱਛੇ ਜਿਹੜਾ ਜੰਡ ਦਿਖਾਈ ਦਿੰਦਾ ਹੈ ਉੱਥੇ ਉਹਨਾਂ ਨੇ ਘੋੜਾ ਬੰਨਿਆ ਸੀ। ਸੰਗਤ ਜੀ, ਇੱਕ ਇਤਿਹਾਸ ਜਿਹੜਾ ਇੱਥੇ ਸਾਡੇ ਪੜ੍ਹਨ ਵਿੱਚ ਆਇਆ ਹੈ ਕਿ ਭਾਈ ਬਿਧੀ ਚੰਦ ਜੀ ਜਦੋਂ ਘੋੜੇ ਲੈ ਕੇ ਆਏ ਸੀ ਲਾਹੌਰ ਤੋਂ ਭਜਾ ਕੇ, ਘੋੜਾ ਇੱਥੇ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਭੇਟ ਕੀਤਾ ਸੀ। ਜਦੋਂ ਕਲਗੀਧਰ ਪਿਤਾ ਜੀ ਦੀਨੇ ਪਿੰਡ ਵਿੱਚ ਬਿਰਾਜਮਾਨ ਹਨ ਤਾਂ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਗੁਰੂ ਸਾਹਿਬ ਜੀ ਇੱਕ ਦਿਨ ਇੱਕ ਚਾਕੂ ਹੱਥ ਫੜਿਆ ਅਤੇ ਆਪਣੀਆਂ ਉਂਗਲਾਂ ਦੇ ਉੱਤੇ ਇੱਦਾਂ ਤਰਾਸ਼ ਰਹੇ ਹਨ, ਫੇਰ ਰਹੇ ਹਨ ਹੌਲੀ ਹੌਲੀ, ਤਾਂ ਲਾਗੋਂ ਸਿੰਘ ਪੁੱਛਦੇ ਹਨ ਗੁਰੂ ਸਾਹਿਬ ਜੀ ਕੀ ਕਰ ਰਹੇ ਹੋ। ਗੁਰੂ ਸਾਹਿਬ ਕਹਿੰਦੇ ਤੁਰਕਾਂ ਦੀਆਂ ਜੜ੍ਹਾਂ ਤਰਾਸ਼ ਰਿਹਾ ਹਾਂ। ਭਾਈ ਮਾਨ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਜੀ ਪਹਿਲਾਂ ਔਰੰਗਜ਼ੇਬ ਦਾ ਪ੍ਰਬੰਧ ਕਰੋ, ਬਾਕੀ ਫਿਰ ਆਪੇ ਮਾਰੇ ਜਾਣਗੇ। ਗੁਰੂ ਸਾਹਿਬ ਜੀ ਕਹਿੰਦੇ ਔਰੰਗਜ਼ੇਬ ਨੂੰ ਅਸੀਂ ਜੰਗ 'ਚ ਮਾਰਨਾ ਸੀ ਪਰ ਉਹ ਦੱਖਣ ਦੇਸ਼ ਵੱਲ ਚਲਿਆ ਗਿਆ ਹੈ, ਹੁਣ ਅਸੀਂ ਉਸ ਨੂੰ ਆਪਣੇ ਸ਼ਬਦ ਦੇ ਨਾਲ ਮਾਰਾਂਗੇ, ਅਤੇ ਵਜ਼ੀਰ ਖਾਨ ਦੀ ਤੁਸੀਂ ਪਰਵਾਹ ਨਾ ਕਰੋ, ਉਸ ਕਾਫਰ ਨੂੰ ਤਾਂ ਸਾਡੇ ਸਿੰਘ ਹੀ ਮਾਰ ਦੇਣਗੇ। ਸੰਗਤ ਜੀ, ਇੱਥੇ ਗੱਲ ਇੱਕ ਕਲੀਅਰ ਕਰ ਦਈਏ, ਗੁਰੂ ਸਾਹਿਬ ਜੀ ਰਾਤ ਨੂੰ ਭਾਈ ਦੇਸੇ ਦੇ ਚੁਬਾਰੇ ਵਿੱਚ ਦੀਨੇ ਵਿਖੇ ਰੁਕਦੇ ਹੁੰਦੇ ਸਨ, ਦਿਨ ਵਿਖੇ ਇਸ ਸਥਾਨ 'ਤੇ ਆ ਜਾਂਦੇ ਸਨ। ਇੱਥੇ ਇੱਕ ਸੰਘਣੀ ਝਿੜੀ ਸੀ ਔਰ ਇੱਥੇ ਪਾਣੀ ਦਾ ਤਲਾਬ ਸੀ ਇੱਕ ਛੋਟਾ ਜਿਹਾ, ਔਰ ਇੱਥੇ ਗੁਰੂ ਸਾਹਿਬ ਆਣ ਕੇ ਦਿਨੇ ਬਿਰਾਜਦੇ ਹੁੰਦੇ ਸਨ। ਇਤਿਹਾਸ ਲਿਖਦਾ ਹੈ ਕਿ ਗੁਰੂ ਸਾਹਿਬ ਜੀ ਉਸ ਵੇਲੇ ਜ਼ਫਰਨਾਮਾ ਲਿਖਣ ਦਾ ਵਿਚਾਰ ਬਣਾਇਆ। ਹੁਣ ਕਲਗੀਧਰ ਪਿਤਾ ਜੀ ਜ਼ਫਰਨਾਮਾ ਲਿਖਣਾ ਸ਼ੁਰੂ ਕਰਦੇ ਹਨ। ਪਹਿਲਾਂ ਤਾਂ ਉਸ ਸੱਚੇ ਪਰਮੇਸ਼ਰ ਦੀ ਰਜ਼ਾ ਵਿੱਚ, ਉਸ ਸੱਚੇ ਪਰਮੇਸ਼ਰ ਦੀ ਤਾਰੀਫ ਵਿੱਚ ਪੰਕਤੀਆਂ ਲਿਖਦੇ ਹਨ, ਬਾਅਦ ਵਿੱਚ ਔਰੰਗਜ਼ੇਬ ਵੱਲ ਸਿੱਧੇ ਹੋ ਜਾਂਦੇ ਹਨ ਅਤੇ ਔਰੰਗਜ਼ੇਬ ਨੂੰ ਸਿੱਧਾ ਲਲਕਾਰਦੇ ਹਨ ਕਿ ਤੂੰ ਝੂਠੀਆਂ ਕਸਮਾਂ ਖਾਧੀਆਂ,
की होया जे तू साडे बच्चे चमकौर दी गड़ी विच जां सरहंद विच शहीद कर दिते। गुरु साहिब कहिंदे तेरी लिखी होई चिट्ठी अज भी मेरे कोल है, जे कहें तां मेरे कोल आ जा, मैं तैनूं चिट्ठी दिखा सकदा हाँ जिस दे विच वादे कीते गए सन। इह दीने कांगड़ दी धरती गुरु साहिब कहिंदे हन इत्थे आ, क्योंकि गुरु साहिब जी दे प्रेम वाले सिख इत्थे वसदे हन ते उस दे वी भरोसेयोग ए हन। ए मुगल सरकार दरबार दे विच जिहड़े दीने कांगड़ दे चौधरी सन इन्हां दा सत्कार सी। गुरु साहिब कहिंदे इक सांझी थां है जिथे तू ते मैं बैठ के आमो सामने हो के गल्लां कर सकदे हां। जो तू वादे कीते सन ए तेरा हुण फर्ज़ बनदा है कि तू वादियां नूं पूरा कर, अजे भी तेरे कोल समां है। कहिंदे तैनूं दिल्ली तख्त दा माण होएगा, पर मेरी ओट उस परमेश्वर वाल है। ना तो हुण मैं तेरे वाल तुरना है, ना मैं तेरे आखे लगना है। मैनू हुण जिथे परमेश्वर लैके जाएगा मैं तो उस रस्ते ते ही चलांगा। हुण गुरु साहिब जिवें सिख कौम दे पैगंबर हन, सिख कौम दे गुरु हन, साडे रहनुमा हन। हुण जिहड़ा औरंगजेब सी ओह वी अपने आप नूं बहुत धर्मी समझदा सी, अपने आप नूं शराह दा मुदई समझदा सी, ते गुरु साहिब इस करके उहनूं लाहनत पाउंदे हन कि तूं अपने आप नूं धर्मी कहिंदा है, तूं झूठियां कसमां खादियां हन, तूं बेदीनां वाला काम कीता है, तूं अधर्मियां वाला काम कीता है, तूं बेईमानां वाला काम कीता है, ना तो तू धर्म की पालना की, ना तू कोई इंसाफ किया। कहिंदे मैनू तेरे इस करतूत ते अफसोस है, 100 वार अफसोस है। कहिंदे तू मुल्क दा बादशाह है, पर अफसोस कि तू झूठ बोलिया है। जे तू अपने आप नूं सच्चा समझदा है, धर्मी समझदा है, तो दीने कांगड़ दी धरती ते आ जा, आपां आमो सामने बैठ के मसले निपटा लईए। संगत जी गुरु साहिब कहिंदे हन जे तू आ जाएगा मसले निपटा लेंगा तो ठीक है, नहीं तो मैं ते मेरा कुंडलिया सप ये खालसा जिउंदे हन, असी अपना तेग दे नाल हक लैना जानदे हाँ, असी चुप करके नहीं बैठांगे। गुरु साहिब जी ने उस नूं इन्नियां लानतां पाईयां, इत्थों जफरनामा लिखिया, यही ओ क्रांतिकारी धरती है। इत्थों तक भी दस्या जांदा है इतिहास कि गुरु साहिब जी दिन वेले दीने कांगड़ तों आण के इत्थे एकांत विच सिंघां नूं शस्त्र विद्या दिंदे सन, क्योंकि गुरु साहिब जी नूं पता सी वजीर खान भी चुप करके नहीं बैठेगा, मुगल फौज दोबारा तो फिर पिछे आएगी। गुरु साहिब जी ने अपनी जिंदगी वेच कदी भी एक दिन अवेसले बह के नहीं कढ़िया, तो फिर असी क्यों कढ़ीए संगत जी, असी उसे कलगियां वाले पिता जी दे सिख हाँ। इत्थे जफरनामा लिखते होंगे सन, रात को वापस दीने चले जाते सन। हुण जफरनामे की समाप्ति हो गई है, दीने तो अपने सब तो भरोसेयोग, सब तो प्यारे, जिन्हों असी भी प्यारे कहने हाँ, भाई दया सिंह जी, भाई धर्म सिंह जी की जिम्मेवारी लाते हैं, उन्हों का भेस बदला के उन्होंने इतों दक्षण देश जिथे औरंगजेब सी, असी पिछे वीडियो बना आए हाँ पहला औरंगाबाद जिथे ये प्यारे जाके रुके सन, उत्थे उन्हां दी याद विच एक स्थान भी बनिया होया है। संगत जी उस थां ते जाके प्यारे भाई दया सिंह जी, भाई धर्म सिंह जी ने यह जफरनामा औरंगजेब नूं दिता सी। औरंगजेब नूं पढ़ के इन्नी नमोछी होई सी कि वह उत्थों फिर चल तां पिया सीगा, पर बहुती दूर तक नहीं सी आ सकिया, उत्थे ही फिर इहदी मौत हो गई सी। औरंगाबाद दे लागे खुलताबाद एक छोटा जिहा शहर है जिथे इहदी कबर बनी हुई है, सो इह उत्थे शरीर छड गया सी। इहदी मौत दी खबर कलगीधर पिता जी दे कोल बघौर साहिब जिहड़ा राजस्थान है उत्थे पहुंची सीगी। सो संगत जी इह जिहड़ा अस्थान है कलगीधर पिता जी की चरण छो प्राप्त है, छेवें पातशाह धन धन श्री गुरु हरगोबिंद साहब जी महाराज दे चरण छो प्राप्त है। गुरु हरगोबिंद साहब जी दादा जी लगते हैं, तो गुरु गोबिंद सिंह साहब जी महाराज उन्होंने पोते हैं। इन्हों दादे पोतियां दा बहुत स्थान है मालवे जेडे कट्ठे सांझे हैं। संगत जी कलगीधर पिता जी दीने कांगड़ रेंद्या होया आले दुआले के पिंडा विच बहुत गए, अगलिया आने वाली वीडियो विच असी ओ सांझ पावांगे। फिर इतों अगे जिधर जिधर कलगीधर पिता जी चलते रहे, सानू भी कलगीधर पिता जी मगर चलाउंदे रहना, सेवा प्रवान करनी। वाहिगुरु जी का खालसा, वाहिगुरु जी की फतेह।